ਲਾ ਵੀ ਦੁਸਹਿਰਾ ਵੇਖਣ ਨੂੰ ਹੁਣ ਚੱਲ ਪਏ ਹਾਂ ਅਤੇ ਬਸ ਆਹ ਜਵਾਕ ਸਾਡੇ ਆ ਗਿਆ ਵਿੱਚ ਪਿੱਛੇ ਕੁਛ ਰਹਿ ਗਿਆ ਕੁਛ ਅਗਾਂਹ ਲੰਘ ਗਏ ਅਤੇ ਇੱਧਰ ਮੈਂ ਪੱਖਾ ਛੋੜੀ ਨਹੀਂ ਮੈਂ ਆਪਣੀ ਫੇਵਰੇਟ ਕਾਰ ਥਾਰ ਖੜੀ ਸੀ ਇੱਥੇ ਮੈਨੂੰ ਦੇਖ ਜੀ ਆਪਣੀ ਫੇਵਰੇਟ ਗੱਡੀ ਖੜੀ ਆ ਹੈ ਤਾਂ ਬਹੁਤ ਲੱਗਦੀ ਆ ਹੈ ਜਾਂਦੀ ਕੋਲੋਂ ਨਾ ਜਿੰਨਾ ਟਾਈਮ ਨਿਗਾਹ ਤੋਂ ਉਹਲੇ ਨਹੀਂ ਹੁੰਦੀ ਉਹਨਾਂ ਟਾਈਮ ਰਹਿੰਦਾ ਰਹੇ ਨਾ ਮੈਂ ਇਹਨੂੰ ਕਿਉਂ ਮੇਰੀ ਗੱਲ ਸੁਣ ਕੇ ਐਵੇਂ ਕਹੀ ਜਾਂਦੀ ਹੈ ਲਓ ਜੀ ਚਲੀਏ ਦੇਖ ਕੇ ਆਈਏ ਦੁਸਹਿਰਾ ਹਾਂ ਕਹਿੰਦੇ ਵੀ ਟਾਈਮ ਨੇੜੇ ਹੀ ਹੋ ਗਿਆ ਬਸ ਮੈਂ ਚੱਲੀ ਜਾਂਦੀ ਲੜਾਈ ਹੌਲੀ ਹੌਲੀ ਜਾਂਦੀਆਂ ਹੀ ਆ ਦੁਸਹਿਰੇ ਵੱਲ ਨੂੰ ਹਾਂ ਇੱਥੋਂ ਹੀ ਬਣਨ ਲੱਗ ਜਾਂਦੀ ਹੌਲੀ ਹੌਲੀ ਭੀੜ ਜੀ ਜਲੇਬੀਆਂ ਪਕੌੜੇ ਸਭ ਕੁਝ ਦਿਖ ਰਿਹਾ ਇੱਥੇ ਹਾਂ ਵਲੌਗ ਦੀ ਸ਼ੂਟਿੰਗ ਕੀਤੀ ਹੈ ਲੈ ਇੱਥੋਂ ਹੀ ਵੇਖ ਲਓ ਕਿੰਨਾ ਬਣਨ ਲੱਗ ਗਿਆ ਦਾ ਉਹ ਸਾਹਮਣੇ ਦੇਖ ਰਿਹਾ ਜਿਹੜਾ ਉਹ ਸਾਹਮਣੇ ਵਾਲਾ ਵਾਕਿਆ ਭੀੜ ਲੱਗੀ ਹੋਈ ਹੈ ਬਾਹਲੀ ਲੱਗੀ ਹੈ ਭੀੜ ਚੜ ਚੜ ਕੇ ਲੋਕੀ ਰਹਿੰਦੇ ਆਈ ਜਾਂਦੇ ਆ
ਰਾਵਣ ਦਹਿਨ ਹੋ ਚੁੱਕਿਆ ਹੋ ਚੁੱਕਿਆ ਜੀ ਅਤੇ ਦੁਸਹਿਰਾ ਜਿਹੜਾ ਵੇਖਿਆ ਗਿਆ ਜੀ ਪਹਿਲੀ ਵਾਰ ਸਾਡੇ ਜਵਾਕ ਆਵੇ ਉੱਧਰ ਮੰਦਿਰ ਵਿੱਚ ਚੱਲ ਰਿਹਾ ਇੱਥੇ ਸੀਗਾ ਰਾਵਣ ਆਖਣਾ ਜੀ